ਇੱਕ ਲੜਕੀ ਦੇ ਨਾਲ ਘਰ ਦੇ ਵਿੱਚ ਵੜ ਕੇ ਪਿੰਡ ਦੇ ਹੀ ਦੋ ਵਿਅਕਤੀਆਂ ਦੇ ਵੱਲੋਂ ਜ਼ੋਰ ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਜਦੋਂ ਸ਼ੋਰ ਮਚਾਇਆ ਗਿਆ ਤਾਂ ਦੋਵੇਂ ਹੀ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਖੁਦ ਲੜਕੀ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਵਿੱਚ ਇਕੱਲੀ ਸੀ ਤਾਂ ਪਿੰਡ ਦੇ ਹੀ ਕਿਹਾ ਜਾ ਰਿਹਾ ਕਿ ਦੋ ਵਿਅਕਤੀ ਘਰ ਦੇ ਵਿੱਚ ਕੰਧ ਟੱਪ ਕੇ ਵੜਦੇ ਨੇ ਤੇ ਉਸਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹ ਸ਼ੋਰ ਮਚਾਉਂਦੀ ਹੈ। ਹਾਲਾਂਕਿ ਗੁੱਸੇ ਦੇ ਵਿੱਚ ਦੋਵੇਂ ਕਿਹਾ ਜਾ ਰਿਹਾ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਲੜਕੀ ਦੇ ਉੱਤੇ ਹਮਲਾ ਕਰ ਦਿੰਦੇ ਨੇ। ਜਦੋਂ ਉਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਤਾਂ ਉਹਨਾਂ ਨੇ ਪਹਿਲਾਂ ਤਾਂ ਦੋਵੇਂ ਵਿਅਕਤੀਆਂ ਨੇ ਮੂੰਹ ਢੱਕਿਆ ਹੁੰਦਾ, ਪਰ ਇਸ ਖਿੱਚਾ ਧੂ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਲੜਕੀ ਨੇ ਇੱਕ ਵਿਅਕਤੀ ਦੇ ਮੂੰਹ ਤੋਂ ਉਸਦਾ ਮਫਲਰ ਉਤਾਰ ਦਿੱਤਾ ਤਾਂ ਉਸਦੀ ਵੀ ਪਹਿਚਾਣ ਹੋ ਗਈ, ਜੋ ਕਿ ਪਿੰਡ ਦਾ ਹੀ ਦੱਸਿਆ ਜਾ ਰਿਹਾ। ਹਾਲਾਂਕਿ ਲੜਕੀ ਦੇ ਮੁਤਾਬਿਕ ਕਿਹਾ ਜਾ ਰਿਹਾ ਕਿ ਉਸ ਵਿਅਕਤੀ ਨੇ ਉਸਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ। ਹਾਲਾਂਕਿ ਦੂਸਰੇ ਵਿਅਕਤੀ ਦੀ ਪਹਿਚਾਣ ਨਹੀਂ ਹੋ ਪਾਈ ਹੈ, ਪਰ ਕਿਤੇ ਨਾ ਕਿਤੇ ਹੁਣ ਪੁਲਿਸ ਨੂੰ ਵੀ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਹੈ। ਤਾਂ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਕਿ ਪਿੰਡ ਦੇ ਹੀ ਇੱਕ ਵਿਅਕਤੀ ਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਕਿਹਾ ਜਾ ਰਿਹਾ ਕਿ ਘਰ ਦੀ ਕੰਧ ਟੱਪ ਕੇ ਇਕੱਲੀ ਲੜਕੀ ਨੂੰ ਦੇਖ ਕੇ ਉਸਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਲੜਕੀ ਦੇ ਵੱਲੋਂ ਸ਼ੋਰ ਮਚਾਇਆ ਗਿਆ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਪਰ ਜਾਂਦੇ ਜਾਂਦੇ ਲੜਕੀ ਦੇ ਕਾਫੀ ਗੰਭੀਰ ਸੱਟਾਂ ਮਾਰ ਕੇ ਗਏ ਨੇ, ਜਿਸ ਤੋਂ ਬਾਅਦ ਲੜਕੀ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੀੜਿਤ ਨੇ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ। ਸਰ, ਕੱਲ ਮੈਂ ਦੁਪਹਿਰ 2 ਵਜੇ ਘਰ ਇਕੱਲੀ ਸੀਗੀ ਤੇ ਦੋ ਮੁੰਡੇ ਅਚਾਨਕ ਸਾਡੇ ਘਰ ਕੰਧ ਟੱਪ ਕੇ ਆ ਗਏ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ, ਮਾਰ ਕੁੱਟ ਕੀਤੀ, ਹੱਥੀ ਪੈ ਬਹੁਤ ਜ਼ਿਆਦਾ ਗਲਤ ਕੀਤਾ। ਮੈਂ ਵੀ ਉਹਨਾਂ ਨੂੰ ਅੱਗੋਂ ਮਾਰਿਆ ਤਾਂ ਹੈਗਾ ਸੀ, ਲੇਕਿਨ ਫਿਰ ਵੀ ਉਹ ਮੇਰੇ ਇੰਨੀਆਂ ਸੱਟਾਂ ਲਾ ਕੇ ਗਏ ਕਾਚੂ ਨਾਲ ਅਤੇ ਮਾਰੇ ਕੁੱਟ ਵੀ ਵਾਹ ਵਾਹ ਕੀਤੀ। ਫਿਰ ਮੈਂ ਉਹਦੇ ਚਪੇੜ ਮਾਰੀ ਅਤੇ ਉਹਦੇ ਮੂੰਹ ਤੋਂ ਖੁੱਲ੍ਹ ਗਿਆ ਮਫਰਲ ਉਹਦਾ, ਅਤੇ ਮੈਂ ਉਹਨੂੰ ਪਛਾਣ ਵੀ ਲਿਆ ਸੀ, ਉਹ ਸਾਡੇ ਘਰ ਦੇ ਲਾਗੇ ਦਾ ਰਹਿਣ ਵਾਲਾ ਹੈ। ਕੀ ਨਾਮ ਜੀ ਉਹਦਾ? ਉਹਦਾ ਨਾਮ ਗੁਰਲਾਲ ਆ। ਉਹ 2 ਟਾਈਮ ਪਹਿਲਾਂ ਵੀ ਮੈਨੂੰ ਧਮਕੀ ਦੇ ਚੁੱਕਾ ਹੈ। ਕਾਹਦੀ ਧਮਕੀ ਦਿੱਤੀ ਉਹਨੇ? ਮਾਰਨ ਦੀ ਧਮਕੀ ਦਿੱਤੀ ਆ ਅਤੇ ਉਹਨੇ ਇਹ ਵੀ ਗੱਲ ਬੋਲਿਆ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਉਹਨੂੰ ਸੋਨੂੰ ਨੂੰ ਮਾਰਿਆ ਉਸ ਤਰ੍ਹਾਂ ਹੀ ਤੈਨੂੰ ਮਾਰੂੰਗਾ। ਸੋਨੂੰ ਮੇਰੇ ਹਸਬੈਂਡ ਸੀ, ਉਹਦੀ ਵੀ ਐਕਸੀਡੈਂਟ ਵਿੱਚ ਡੈਥ ਹੋ ਗਈ ਸੀ, ਲੇਕਿਨ ਉਹਦੇ ਕੋਈ ਰਗੜ ਜਾਂ ਕੋਈ ਉਹਦੇ ਹੋਰ ਸੱਟ ਨਹੀਂ, ਸਿਰਫ ਨੋਰਮਲ ਜੀ ਇੰਨੀ ਕੁ ਜਿੰਨੀ ਕੁ ਮੇਰੇ ਮੱਥੇ 'ਤੇ ਸੱਟ ਇੰਨੀ ਕੁ ਆਉਂਦੇ ਸੀ। ਇਹ ਜੀ ਕੀ ਵਜ੍ਹਾ ਆ ਕੇ ਕੰਧ ਟੱਪ ਕੇ ਅਤੇ ਤੁਹਾਡੇ ਗਲ ਪਏ ਆ, ਤੁਹਾਡੇ ਸੱਟਾਂ ਲਾਈਆਂ, ਕੀ ਕਾਰਨ ਹੈ ਇਹਦਾ? ਪਤਾ ਨਹੀਂ, ਪਹਿਲਾਂ ਇਹੀ ਮੈਨੂੰ ਤੰਗ ਹੀ ਕਰਦੇ ਰਿਹਾ ਵੀ ਮੇਰੇ ਨਾਲ ਗੱਲ ਕਰ। ਅੱਛਾ ਜੀ। ਹਾਂਜੀ, ਮੈਨੂੰ ਨੰਬਰ ਦਿੰਦਾ ਸੀ ਆਪਦਾ ਅਤੇ ਮੈਂ ਉਹਨੂੰ ਮਾਰਿਆ ਅੱਗੋਂ ਅਤੇ ਉਹਨੇ ਵੀ ਮੈਨੂੰ ਮਾਰਿਆ। ਪਹਿਲਾਂ ਵੀ ਤੁਹਾਡੇ ਨਾਲ ਕੋਈ ਉਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਜੀ? ਨਹੀਂ, ਪਹਿਲਾਂ ਹਰਕਤ ਇੱਦਾਂ ਦੀ ਨਹੀਂ ਸੀ ਕੀਤੀ, ਪਰ ਉੱਦਾਂ ਜਦੋਂ ਲੰਘਦੇ ਆਉਂਦੇ ਤੰਗ ਕਰਦਾ ਸੀ, ਇੱਦਾਂ ਇਸ਼ਾਰੇ ਕਰਦਾ ਸੀ ਗਲਤ। ਇੰਨੀ ਜ਼ਿਆਦੀ ਵੱਡੀ ਹਰਕਤ ਨਹੀਂ ਸੀ ਕੀਤੀ ਕਿ ਘਰ ਤੱਕ ਨਹੀਂ ਸੀ ਆਇਆ, ਲੇਕਿਨ ਕੱਲ੍ਹ ਉਹ ਘਰ ਆਇਆ, ਕੱਲ੍ਹ ਘਰ ਆ ਕੇ ਉਹਨੇ ਇੱਦਾਂ ਕੀਤਾ। ਬਾਅਦ 'ਚ ਕੀ ਵੈਸੇ ਭੱਜ ਗਿਆ ਜਾਂ ਕੋਈ ਲਾਗੇ ਆਇਆ, ਕੀ ਗੱਲ ਹੋਈ? ਉਸ ਤੋਂ ਬਾਅਦ ਜਦੋਂ ਮੇਰੇ ਉਹਨਾਂ ਨੇ ਸੱਟ ਲਾਈ ਤਾਂ ਉਹ ਸਾਡੀ ਕੰਧ ਟੱਪ ਕੇ ਭੱਜ ਗਏ, ਕਿਉਂਕਿ ਮੈਂ ਫੋਨ ਲਾ ਦਿੱਤਾ ਅਤੇ ਬਾਹਰ ਗਲੀ ਵਿੱਚ ਵੀ ਕਿਸੇ ਦੇ ਆਉਣ ਦੀ ਆਵਾਜ਼ ਆਈ ਅਤੇ ਉਹਨਾਂ ਨੂੰ ਲੱਗਾ ਕਿ ਸਾਡੇ ਘਰ ਕੋਈ ਆਉਣ ਦਿਆ। ਫਿਰ ਉਹ ਸਾਡੀ ਪਿਛਲੀ ਸਾਈਡ ਵਾਲੀ ਛੋਟੀ ਕੰਧ ਉੱਧਰ ਦੀ ਟੱਪ ਕੇ ਭੱਜ ਗਏ, ਮੈਂ ਉਹਨਾਂ ਦੇ ਪਿੱਛੇ ਵੀ ਭੱਜੀ ਸੀਗੀ। ਕਿੰਨੀਆਂ ਕੁ ਸੱਟਾਂ ਲੱਗੀਆਂ ਤੁਹਾਡੇ ਜੀ? ਮੇਰੇ ਮੱਥੇ ਉੱਪਰ ਵੀ ਚਾਕੂ ਮਾਰੇ, ਸਿਰ ਉੱਪਰ ਵੀ ਅਤੇ ਗਲ ਵਿੱਚ ਵੀ ਸਾਰੇ ਚਾਕੂ ਮਾਰੇ ਆ। ਜੇ ਅੱਜ ਤੇ ਇਕੱਲੀ ਕਰੇ ਸੀ ਤੇ ਇਹਦੇ ਨਾਲ ਹਰਕਤ ਕਰਤੀ, ਕੱਲ ਨੂੰ ਹੋਰ ਵੀ ਕਿਸੇ ਨਾ ਕਰ ਸਕਦਾ, ਇਹਦੇ ਤੇ ਸਖ਼ਤ ਕਾਰਵਾਈ ਕੀਤੀ ਜਾ ਸਕੇ, ਗਾਂਹ ਵੀ ਨਾ ਕਿਸੇ ਨਾ ਕਰੇ।
ਪਹਿਲਾਂ ਪਿੰਡ ਚੋਂ ਰਿਕਾਰਡ ਉਹਦਾ ਕਿਤਨਾ ਦਾ? ਇਦਾਂ ਦਾ ਹੀ ਪਹਿਲਾਂ ਵੀ ਇਦਾਂ ਹੀ ਕੋਈ ਨੋ ਧੀ ਆਪਦੀ ਆਪਦੇ ਆਪਦਿਆਂ ਚ ਇਹੋ ਜਿਹੇ ਕੰਮ ਕਰਦਾ ਫਿਰਦਾ ਏ। ਹੁਣ ਕੀ ਕਾਰਵਾਈ ਦੀ ਮੰਗ ਹੈ ਤੁਹਾਡੇ? ਹੁਣ ਕਾਰਵਾਈ ਦੀ ਇਹ ਮੰਗ ਆ ਵੀ ਇਹ ਜਿਹੜਾ ਪਰਚਾ ਇਹਦਾ ਇਹਦੇ 'ਤੇ ਦਿੱਤਾ ਹੈ ਅਤੇ ਇਹਦੇ 'ਤੇ ਸਖ਼ਤ ਸਖ਼ਤ ਕਾਰਵਾਈ ਲਾਈ ਜਾਵੇ। ਇਹਦੇ ਵਿੱਚ ਜੀ ਹਜੇ ਜਬਰ ਜਨਾਹ ਵਾਲੀ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਅਤੇ ਲੜਕੀ ਜਿਹੜੀ ਹੋਸਪਿਟਲ ਦਾਖਲਾ ਸਿਵਲ ਹੋਸਪਿਟਲ ਉੱਥੋਂ ਜਿਹੜੀ MLR ਆਊਗੀ ਉਸ ਹਿਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੁੜੀ ਦੀ ਸਟੇਟਮੈਂਟ ਦੇ ਅਕੋਰਡਿੰਗ ਅਮਲ 'ਚ ਲਿਆਂਦੀ ਜਾਊਗੀ। ਭਾਅ ਜੀ ਪਤਾ ਨਹੀਂ ਹੈ ਪਹਿਲਾਂ ਮੁੰਡਾ ਇਹ ਛੇੜਖਾਨੀ ਕਰਦਾ ਸੀਗਾ ਇਹ ਗੁਰਲਾਲ ਭਾਅ ਜੀ ਅਤੇ ਇੱਦਾਂ ਛੇੜਖਾਨੀ ਕਰਦਾ ਸੀ ਅਤੇ ਮੈਂ ਨਾ ਮੈਂ ਜਾਣਦਿਆ ਸੀਗਾ ਅਤੇ ਪਛਾਣ 'ਚ ਨਹੀਂ ਆਉਂਦਾ ਸੀ ਪਹਿਲਾਂ ਇਹਨੇ ਛੇੜਖਾਨੀ ਕੀਤੀ ਅਤੇ ਮੁੜ ਕੇ ਜਦੋਂ 4-5 ਦਿਨ ਪੈ ਗਏ ਅਤੇ ਫਿਰ ਉਦੋਂ ਬਾਅਦ 'ਚ ਅਸੀਂ ਜਾਣਦੇ ਅਤੇ ਬਾਅਦ 'ਚ ਪਛਾਣ 'ਚ ਆਇਆ ਅਤੇ ਫਿਰ ਮੇਰੀ ਘਰਦੀ ਨੇ ਕਿਹਾ ਵੀ ਉਹ ਮੁੰਡਾ ਖਲੋਤਾ ਹੈ ਅਤੇ ਮੈਂ ਮੁੜ ਕੇ ਮੋਟਰਸਾਈਕਲ ਖਲਾਰ ਕੇ ਅਤੇ ਫਿਰ ਮੈਂ ਵੇਖ ਕੇ ਆਇਆ। ਅੱਛਾ ਪਹਿਲਾਂ ਤੁਹਾਡੀ ਵਾਈਫ ਨਾਲ ਜਦੋਂ ਛੇੜਖਾਨੀ ਉਹਨਾਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਸਾਡੇ ਨਾਲ ਇਹੋ ਜਿਹੀ ਹਰਕਤਾਂ ਕਰਦਾ ਹੈ? ਹਾਂਜੀ ਘਰੇ ਜਾ ਕੇ ਮੰਮੀ ਗਈ ਆ, ਮੰਮੀ ਗਿਆ ਸਾਰੇ ਜੀ ਅਸੀਂ ਗਏ ਹਾਂ ਅਤੇ ਘਰੇ ਜਾ ਕੇ ਆਖ ਕੇ ਆਏ ਹਾਂ ਇੱਕ ਵਾਰੀ ਅਤੇ ਦੂਜੇ ਦਿਨ ਮਤਲਬ ਕਿ ਇਹਨਾਂ ਨੇ ਗਲਤ ਮਤਲਬ ਕਿ ਕਾਰਵਾਈ ਕੀਤੀ ਇਹਨਾਂ ਗੁਰਲਾਲ ਨੇ। ਹਾਂਜੀ ਹਾਂਜੀ ਗੁਰਲਾਲ, ਹਾਂਜੀ ਹੋਰ ਮੁੰਡਾ ਪਤਾ ਨਹੀਂ ਕਿਹੜਾ ਸੀ ਉਹਦਾ ਨਹੀਂ ਪਤਾ। ਅੱਛਾ ਜੀ। ਹਾਂਜੀ ਅਤੇ ਉਦੋਂ ਤੁਸੀਂ ਕਿੱਥੇ ਗਏ ਹੋਏ ਸੀ? ਅਸੀਂ ਭਾਅ ਜੀ ਕੰਮ 'ਤੇ ਗਏ ਸੀਗੇ ਅਤੇ ਇੱਦਾਂ ਕੰਮ 'ਤੇ ਗਏ ਅਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਅਤੇ ਹਰਫਲੀ ਪਈ ਸੀ ਅਤੇ ਉਹਨਾਂ ਨੇ ਫੋਨ ਲਾ ਕੇ ਤਾਂ ਜਦੋਂ ਇਹਨਾਂ ਨਾਲ ਮਿਲ ਕੇ ਵਾਰਤਾਤ ਹੁੰਦੀ ਸੀ। ਆ ਕੇ ਤੁਸੀਂ ਵੇਖਿਆ ਕਿੰਨੀਆਂ ਕਿੰਨੀਆਂ ਸੱਟਾਂ ਸੀ? ਕੀ ਗੱਲ ਹੋਈ ਭਾਅ ਜੀ? ਉਹਨਾਂ ਦੇ ਬਾਹਵਾ ਸੱਟਾਂ ਸੀ, ਮਤਲਬ ਕਿ ਗਲ ਘੁੱਟਦੇ ਸੀ ਪਹਿਲਾਂ ਗਲ 'ਚ ਭਰਨਾ ਪਾਇਆ ਸੀਗਾ ਅਤੇ ਮੁੜ ਕੇ ਬਾਅਦ 'ਚ ਉਹਨਾਂ ਨੇ ਜਦੋਂ ਗਲ 'ਚ ਭਰਨਾ ਪਾਇਆ ਮੇਰੇ ਨਾਲ ਦੀਆਂ ਲੱਤ ਮਾਰੀ ਨਾਲ 'ਚ ਫਿਰ ਉਹਨਾਂ ਛੱਡ ਕੱਤਿਆ ਅਤੇ ਫਿਰ ਉਹਨੇ ਮੁੰਡੇ ਨੂੰ ਫੜ ਲਿਆ ਅਤੇ ਉਹਨੇ ਮੁੜ ਕੇ ਕਾਚੂ ਮਾਰ ਕੱਤਿਆ ਸਿਰ 'ਚ।